ਉਹਦੀ ਪਲੀਤ ਰੂਹਾਨੀਅਤ ਤੁਹਾਡੀਆਂ ਇਬਾਦਤਾਂ ਨੂੰ ਵੀ ਜ਼ਾਇਆ ਤੇ ਬਰਬਾਦ ਕਰਦੇ ਸੀ। ਹੁਣ ਫਿਰ ਕੋਲਖਾਨੀ ਤੇ ਤੂੰ ਸਮਝਣਾ ਹੋਇਆ, ਬੜਾ ਔਖਾ ਕੰਮ ਹੈ ਸੀਰਤ ਤੇ ਅਮਲ ਕਰਨਾ। ਮਜਬੂਰਨ ਗੱਲ ਕਰਨੀ ਪੈਂਦੀ ਹੈ, ਤਵੱਜੋ ਹੈ। ਸਾਡੇ ਬੜੇ ਬੜੇ ਸਾਥੀ ਰੁੱਸ ਗਏ ਨੇ ਇਹਨਾਂ ਖਤਮਾਂ ਤੇ। ਇੱਕ ਮੇਰਾ ਬਹੁਤ ਪਿਆਰਾ ਸਾਥੀ ਆਈ, ਮੈਨੂੰ ਆਖਿਆ ਕਿ 30,000 ਰੁਪਏ ਤੈਨੂੰ ਮੈਂ ਮਸਜਿਦ ਵਾਸਤੇ ਦੇਣੇ ਨੇ ਤੇ 35,000 ਰੁਪਏ ਖਰਚ ਕੀਤੀ ਖਲਾਂ ਤੇ ਬੁੜੁੜ ਜਲਸਾ ਕੀਤੀ ਖਲਾਂ, ਤੇ ਤੂੰ ਹੀ ਚੰਦਾ ਕਿਸੇ ਤੋਂ ਮੰਗਦਾ ਨਹੀਂ, ਭੁੱਖਾ ਮਰਦਾ ਪਿਆ। ਚਲੋ ਮਸਜਿਦ ਦੀ ਬੁਨਿਆਦ ਵਾਸਤੇ 30,000 ਰੁਪਏ ਉਥਾਂ ਹੀ ਮਜਮੇ ਚ ਦੇਵਣਾ ਹੈ। ਬੜਾ ਮੇਰਾ ਕਰੀਬੀ ਅਜ਼ੀਜ਼ ਮੁਖਲਿਸ ਮੁਵੈਦ ਜ਼ਿਮੀਦਾਰ ਬਹੁਤ ਬੜਾ, ਮੈਂ ਬੜਾ ਖੁਸ਼ ਹੋਇਆ ਤੇ ਦਿਲ ਚ ਮੈਂ ਆਖਿਆ 30,000 ਰੁਪਏ ਲੱਭਦਾ ਮਸੀਦ ਦੀ ਬੁਨਿਆਦ ਵੀ ਰੱਖੇ ਸਾਇ ਤੇ ਤੌਹੀਦ ਵੀ ਸੱਟਾ ਮਾਰ ਮਾਰ ਕੇ ਬਿਆਨ ਕਰ। ਅਸਰ ਦੀ ਨਮਾਜ਼ ਪੜ੍ਹਨ ਲੱਗੇ, ਜੇਲੇ ਮੈਂ ਆਖਰੀ ਤਿਆਰ ਤੇ ਬੈਠਾ, ਮੈਨੂੰ ਐਵੇਂ ਸ਼ੁਭ ਪੈ ਗਿਆ ਬਈ ਇਸ ਤੋਂ ਪੁੱਛਾਂ ਤੇ ਸਹੀ ਕਿ ਨਹੀਂ, ਕੋਲ ਖਾਨੀ ਤੇ ਨਹੀਂ ਬਣਾਏ ਖਲਾ। ਸਲਾਮ ਫੇਰ ਤੇ ਮੈਂ ਆਖਿਆ ਮੁਹੰਮਦ ਨਿਵਾਜ਼ ਭਾਈ, ਆਖੇ ਜੀ ਭਾਈ ਜੀ। ਮੈਂ ਆਖਿਆ ਇਹ ਦੱਸ ਕੋਲ ਖਾਨੀ ਤੇ ਨਹੀਂ, ਆਖੇ ਤੁਹਾਨੂੰ ਪਤਾ ਨਹੀਂ ਮੇਰਾ ਸਹੁਰਾ ਫੌਤ ਹੋ ਗਿਆ, ਮੈਂ ਕੁੱਲ ਸਰਗਾਣੇ ਤੇ ਕੁੱਲ ਸਿਆਲ ਤੇ ਕੁੱਲ ਫਲਾਣੇ ਤੇ ਕੁੱਲ ਫਲਾਣੇ ਤੌਹੀਦ ਰੱਜ ਕੇ ਬਿਆਨ ਕਰਿਆ। ਮੈਂ ਆਖਿਆ ਜੇ ਕੁੱਲ ਖਾਨੀ ਹੈ ਤਾਂ ਮੈਂ ਗਰੀਬ ਤੇ ਨਾ ਅਸਾਂ ਤੇ ਹੋਰ ਦਾ ਪਤਾ ਕੋਈ ਨਹੀਂ। ਉਸ ਆਖਿਆ ਉੱਥੇ ਆ ਕੇ ਤਰਦੀਦ ਚ ਕਰੇ। ਮੈਂ ਆਖਿਆ ਜੇ ਮੈਂ ਵਿੱਚ ਆ ਖਲਵਾਂ ਤੇ ਤਰਦੀਦ ਕਰਾਂ ਤੇ ਕੋਈ ਉੱਠੀ ਕੇ ਆਖੇ ਬਈ ਪਲੀਤ ਦੇ ਹਸੇਗਾ, ਆਪ ਤਾਂ ਤੂੰ ਵਿੱਚ ਆਇਆ ਖਲਾ ਤੇ ਤਰਦੀਦ ਕਿਹੜੇ ਮੂੰਹ ਨਾਲ ਪਿਆ ਕਰਨਾ ਹੈ। ਮੈਂ ਆਖਿਆ ਉਹ 30,000 ਰੁਪਏ ਤੈਨੂੰ ਪੁੱਜੇ ਤੇ 35,000 ਹੀ ਮੈਂ ਇਸ ਖਾਤੇ ਚ। ਉਦਣ ਲੱਗਿਆ ਅੱਜ 6 ਸਾਲ ਪਏ ਹੁੰਦੇ ਨੇ, ਅੱਜ ਹਟ ਗਿਆ ਸੀ, ਬੜੇ ਬੜੇ ਘਰ ਰੁੱਸ ਗਏ ਤੇ ਤੁਸਾਂ ਤਾਂ ਵੇਖਦੇ ਹੋ ਨਾ ਬਈ ਕਿਵੇਂ ਹੁਣ ਪੁਲਾ ਪੱਕਾ ਪਿਓ ਸੀ, ਕਿਵੇਂ ਗਰਮ ਮਿਸਾਲੇ ਵਿੱਚ ਪਏ ਪਿਓ ਸੀ। ਮੌਲਵੀ ਸਾਹਿਬ ਦੀ ਕੰਦੂਰੀ ਮੋਢੇ ਤੇ ਰੱਖੀ ਹੋਈ ਜਿਵੇਂ ਆ ਵੈਂਦਾ ਪਿਆ ਨਾ ਗਿਰਦਾਵਰੀ ਉਗਾੜੇ ਨਗਲੇ। ਮੈਂ ਕਹਿੰਦਾ ਲੈ ਆ ਇਤਨੇ ਖਾਣੇ ਇਕੱਠੇ ਕਰਤੇ ਤਾਂ ਮੁੜ ਖਤਮ ਪੜਾ, ਨਹੀਂ ਤਾਂ ਤੇਰਾ ਮੁਰਦਾ ਬਸ਼ਕੀਵਣਾ ਕੋਈ ਨਹੀਂ। ਆਪਣਾ ਪਤਾ ਕੋਈ ਨਹੀਂ ਬਈ, ਮੌਤ ਤੋਂ ਪਹਿਲੇ ਮੁਨਕਰ ਨਕੀਰ ਕਿ ਨਹੀਂ, ਬੁਥਾਰ ਨਾ ਖੱਲੇ ਮਾਰ 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 ਕੇ ਬੁਥਾਰ ਹੀ ਤੋਂ ਜਾ ਦੇ। ਤੂੰ ਤਾਂ ਖਾਂਦਾ ਰਿਹਾ, ਤੇਰਾ ਆਪਣਾ ਕੀ ਹਾਲ ਹੈ ਭਾਈਓ? ਹਲਾਲ ਖਾਣਾ ਬੜਾ ਔਖਾ ਹੈ ਤੇ ਮੁਹੰਮਦ ਕਰੀਮ ਦੀ ਸੀਰਤ ਤੇ ਅਮਲ ਨਹੀਂ ਹੋ ਸਕਦਾ ਜਦ ਤੱਕ ਖੂਨ ਹਲਾਲ ਦਾ ਪੈਦਾ ਨਾ ਹੋਵੇ। ਤਿੰਨ ਨਾਲ ਕੋਈ ਜ਼ੋਰ ਲਗਾ ਲਵੇ ਜਦ ਤੱਕ ਖੂਨ ਦਾ ਮੇਯਾਰ ਹਲਾਲ ਦਾ ਨਾ ਪੈਦਾ ਹੋਇਆ, ਮੁਹੰਮਦ ਕਰੀਮ ਦੀ ਪਾਕ ਸੀਰਤ ਤੇ ਪਲੀਤ ਕਦੇ ਵੀ ਅਮਲ ਨਹੀਂ ਕਰ।